ਨਵੇਂ ਹਲਕੇ 'ਚ 15 ਦਿਨ ਦੇ ਅੰਦਰ ਅੰਦਰ ਮੈਨੂੰ ਜਾ ਕੇ ਕੰਮ ਕਰਨਾ ਪਿਆ। ਲੋਕਾਂ ਨੇ ਬੜਾ ਮਾਣ ਸਤਿਕਾਰ ਬਖਸ਼ਿਸ਼ ਕੀਤਾ ਹੈ। ਮਜੀਠੇ ਹਲਕੇ ਤੋਂ ਆਪੋਜੀਸ਼ਨ ਬੈਂਚਸ ਤੋਂ ਸਭ ਤੋਂ ਵੱਡੀ ਜਿੱਤ 26000 ਦੇ ਫਰਕ ਨਾਲ ਦਾਸ ਦੇ ਧਰਮ ਪਤਨੀ ਦੀ ਹੋਈ ਹੈ। 15-18 ਦਿਨਾਂ 'ਚ ਹੋਈ ਹੈ ਔਰ 15-18 ਦਿਨਾਂ 'ਚ ਕਾਂਗਰਸ ਜਿਹੜੀ 62000 ਵੋਟ ਲੈਂਦੀ ਸੀ ਘਟ ਕੇ 32 ਤੇ ਆ ਗਈ ਔਰ ਅਸੀਂ 0 ਤੋਂ 26000 ਤੇ ਚਲੇ ਗਏ। ਇਸ ਲਈ ਪਾਰਟੀ ਜਿੱਥੇ ਹੁਕਮ ਕਰੂਗੀ ਜਿਵੇਂ ਹੁਕਮ ਕਰੂਗੀ ਸਦਾ ਹਾਜ਼ਰ ਹਾਂ ਔਰ ਪਾਰਟੀ ਦੇ ਸਾਰੇ ਫੈਸਲੇ ਮੈਂ ਸਮਝਦਾ ਬਹੁਤ ਚੰਗੇ ਹੋਏ ਆ। ਇਹ ਗੱਲ ਪਹਿਲਾਂ ਵੀ ਅਸੀਂ ਕਰਦੇ ਸੀ ਔਰ ਮੈਂ ਪਹਿਲੇ ਦਿਨ ਤੋਂ ਹੀ 2 ਟਿਕਟਾਂ ਇੱਕ ਪਰਿਵਾਰ ਦੇ ਨੁਮਾਇੰਦੇ ਉਹਦੇ ਖਿਲਾਫ ਸੀ ਔਰ ਠੀਕ ਹੈ ਜੀ ਕਿਉਂਕਿ ਉੱਥੇ ਕੈਂਡੀਡੇਟ ਕੋਈ ਸਟਰੋਂਗ ਨਹੀਂ ਮਿਲਿਆ ਕਿਉਂਕਿ ਪਹਿਲਾਂ ਭਾਜਪਾ ਹੀ ਸੀਟ ਲੜਦੀ ਸੀ ਗਠਬੰਧਨ 'ਚ ਅਕਾਲੀ ਦਲ ਕੋਲ ਅੱਜ ਆਈ ਸੀ। ਜੇ ਪਾਰਟੀ ਦਾ ਹੁਕਮ ਹੋਇਆ ਸੀ ਤਾਂ ਆਪਦੀ ਜੀ ਜਾਨ ਇੱਕ ਕਰਤੀ ਹੈ ਔਰ ਰਿਜ਼ਲਟ ਵੀ ਦਿੱਤੇ। ਜੋ ਘਟਨਾਵਾਂ ਵਾਪਰੀਆਂ ਪਿਛਲੇ ਕੁਝ ਦਿਨ ਜੋ ਘਟਨਾਵਾਂ ਵਾਪਰੀਆਂ ਲਾਂ ਡੋਰ ਦੀ ਸਥਿਤੀ ਤੇ ਸਵਾਲ ਚੱਕੇ ਜਾ ਰਹੇ ਦੇਖੋ ਅੱਜ ਸਭ ਤੋਂ ਪਹਿਲਾਂ ਮਾਈਨੋਰਿਟੀਜ਼ ਇਹ ਉਹ ਧਰਤੀ ਹੈ ਜਿੱਥੇ ਅੱਜ ਆਪਾਂ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਖਲੋਤੇ ਹਾਂ ਜਿੱਥੇ ਹਰ ਧਰਮ ਦਾ ਹਰ ਕਿੱਤੇ ਨਾਲ ਹਰ ਵਰਗ ਨਾਲ ਸੰਬੰਧਿਤ ਜੀ ਆ ਕੇ ਇੱਥੇ ਅਰਦਾਸ 'ਚ ਜਦ ਸ਼ਾਮਿਲ ਹੁੰਦਾ ਹੈ। 8 ਪੈਰਾਂ ਦੀ ਅਰਦਾਸ ਇੱਕੋ ਹੀ ਹੁੰਦੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਉੱਥੇ ਕਦੇ ਵੀ ਇਹ ਗੱਲ ਕੋਈ ਬਰਦਾਸ਼ਤ ਨਹੀਂ ਕਰੂਗਾ ਕਿ ਕਿਸੇ ਦਾ ਵੀ ਨੁਕਸਾਨ ਹੋਵੇ। ਅਮਨ ਸ਼ਾਂਤੀ ਕਾਨੂੰਨ ਬਹਾਲ ਰੱਖਣਾ ਭਗਵੰਤ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਜੋ ਇਨਸੀਡੈਂਟ ਵਾਪਰ ਰਹੇ ਆ ਉਹ ਇਨਸੀਡੈਂਟ ਦੁਖਦਾਈ ਨੇ ਚਾਹੇ ਕੋਈ ਤਰਨਤਾਰਨ 'ਚ ਹੋਇਆ ਜਾਂ ਕੋਈ ਪੰਜਾਬ ਦੇ ਕਿਸੇ ਹੋਰ ਕੋਨੇ 'ਚ ਹੋਇਆ। ਅਸੀਂ ਹਰ ਵਰਗ ਨਾਲ ਜਿਵੇਂ ਮੀਆਂ ਮੀਰ ਜੀ ਨੇ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਹਰੀ ਦੇ ਮੰਦਿਰ ਦੀਆਂ ਗੁਰੂ ਸਾਹਿਬ ਨੇ ਜਦੋਂ ਸ਼ੁਰੂਆਤ ਹੋਈ ਸੀ ਮੀਆਂ ਮੀਰ ਜੀ ਤੋਂ ਇਹਦਾ ਨਹੀਂ ਪੱਥਰ ਰਖਾਇਆ ਸੀ। ਇੱਕ ਸੰਕੇਤ ਸੀ ਸਨਮਾਨ ਦਾ ਰਿਸਪੈਕਟ ਦਾ ਉਹ ਰਿਸਪੈਕਟ ਬਹਾਲ ਰਹਿਣੀ ਚਾਹੀਦੀ ਔਰ ਅਸੀਂ ਹਰ ਮਾਈਨੋਰਿਟੀ ਨੂੰ ਸੇਫ ਰੱਖਣਾ ਸਿਕਿਉਰ ਰੱਖਣਾ ਪੰਜਾਬੀਆਂ ਦਾ ਫਰਜ਼ ਹੈ ਔਰ ਅਸੀਂ ਆਪਦੇ ਉਹ ਮਾਈਨੋਰਿਟੀ ਭਾਈਚਾਰੇ ਨਾਲ ਖਲੋਤੇ ਹਾਂ। ਔਰ ਮੈਂ ਚਾਹੂੰਗਾ ਸਰਕਾਰ ਇੰਸਟੈਡ ਆਫ ਜਿਹੜਾ ਰਿਮੋਟ ਕੰਟਰੋਲ ਨਾਲ ਦਿੱਲੀ ਤੋਂ ਚੱਲ ਰਹੀ ਹੈ ਦਿੱਲੀ ਦੀ ਫੇਲੀਅਰਸ ਪੰਜਾਬ ਦਾ ਬਾਰਡਰ ਸਟੇਟ ਹੈ ਇਹਨੂੰ ਧਿਆਨ ਦੇਣ ਤੇ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਰਵੇ ਔਰ ਕਿਸੇ ਤਰੀਕੇ ਦਾ ਵੀ ਕਿਸੇ ਗੁਰੂ ਘਰ 'ਚ ਧਾਰਮਿਕ ਸਥਾਨ ਤੇ ਕਿਸੇ ਤਰੀਕੇ ਦੀ ਵੈਂਡਲਾਈਜੇਸ਼ਨ ਜਾਂ ਕੋਈ ਇਹ ਜਿਹੀ ਵਿਵਹਾਰ ਕਰਨਾ ਜਿਹੜਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਂਦਾ ਉਹ ਨਹੀਂ ਹੋਣਾ ਚਾਹੀਦਾ। ਅਸੀਂ ਉਹਦੇ ਖਿਲਾਫ ਹਾਂ। ਅਸੀਂ ਇਨਸਾਨੀਅਤ 5 ਮਹੀਨੇ ਦੀ ਸਰਕਾਰ ਦੇ ਲਾਅ ਐਂਡ ਆਰਡਰ ਨੂੰ ਤੁਸੀਂ ਕਿਵੇਂ ਦੇਖ ਰਹੇ ਇਨਕਲੂਡਿੰਗ ਇਹ ਇਨਸੀਡੈਂਟ ਜਾਂ ਪਿਛਲੇ ਇਨਸੀਡੈਂਟ? ਦੇਖੋ ਲਾਅ ਐਂਡ ਆਰਡਰ ਬਾਰੇ ਮੈਂ ਕੀ ਦੇਖਦਾ ਸਰਕਾਰ ਆਪ ਫੇਲੀਅਰ ਮੰਨਦੀ ਹੈ। 3-4 ਮਹੀਨਿਆਂ ਦੇ ਅੰਦਰ ਅੰਦਰ DGP ਬਦਲਣਾ ਪੈ ਗਿਆ ਤੇ ਫੇਲੀਅਰ ਤਾਂ ਸਾਹਮਣੇ ਮਗਰ DGP ਨੂੰ ਦੀ ਚੋਣ ਕਿਹਨੇ ਕੀਤੀ? ਫੇਲੀਅਰ ਉਹਨਾਂ ਦਾ। ਜਦੋਂ ਭਾਵਰਾ ਸਾਹਿਬ ਦਾ ਫੇਲੀਅਰ ਇਹ ਕਹਿੰਦੇ ਆ ਅੱਜ ਉਹਨਾਂ ਨੂੰ ਜੇ ਇਹ ਚਾਰਜ ਸ਼ੀਟ ਕਰਨਾ ਚਾਹੁੰਦੇ ਤੇ ਸਭ ਤੋਂ ਵੱਡਾ ਫੇਲੀਅਰ ਤਾਂ ਫਿਰ ਭਗਵੰਤ ਮਾਨ ਜੀ ਦਾ ਕਿ ਉਹਨਾਂ ਨੂੰ ਪਹਿਲੀ ਜਗ੍ਹਾ ਤੇ ਲਾਇਆ ਕਿਉਂ? ਔਰ ਕੀ ਮੂਸੇਵਾਲਾ ਸਾਹਿਬ ਆ ਜਿਨ੍ਹਾਂ ਦੀ ਹੋਰ ਡੈਥ ਹੋਈਆਂ ਨੇ ਆਪ ਦੀ ਨਲਾਇਕੀ ਕਰਕੇ? ਮੈਂ ਉਹਦੇ 'ਚ DGP ਨੂੰ ਇਕੱਲਾ ਜ਼ਿੰਮੇਵਾਰ ਨਹੀਂ ਸਮਝੂੰਗਾ ਕਿਉਂਕਿ ਸਿਕਿਉਰਿਟੀ ਵਿਡਰਾ ਕਰਨੀ ਇਹ ਭਗਵੰਤ ਮਾਨ ਡਿਸੀਜਨ ਲੈ ਰਹੇ ਸੀ ਔਰ ਉਸ ਨੂੰ ਐਡਵਰਟਾਈਜ਼ ਕਰ ਰਹੇ ਸੀ। ਉਹ ਉਹਦੀ ਮਤਲਬ ਇੱਕ ਸਿਕਿਉਰਿਟੀ ਐਡਾ ਸੰਵੇਦਨਸ਼ੀਲ ਮੁੱਦਾ ਉਹਨੂੰ ਐਡਵਰਟਾਈਜ਼ ਕਰਕੇ ਅੱਜ ਸਿੱਧੂ ਮੂਸੇਵਾਲਾ ਜਾਂ ਹੋਰ ਕਿਸੇ ਦੀ ਜਾਨ ਚਲੀ ਜਾਂਦੀ ਉਹਦੇ ਲਈ ਜ਼ਿੰਮੇਵਾਰ ਇਕੱਲਾ DGP ਥੋੜ੍ਹੀ ਹੋ ਗਿਆ। ਫਿਰ ਜਿਹੜੀ ਐਡ ਆਈ ਹੈ ਜਿਹੜੀ ਉਹ ਇਸ਼ਤਿਹਾਰਬਾਜ਼ੀ ਕੀਤੀ ਜਾਂ ਟਵਿੱਟਰ ਹੈਂਡਲ ਤੇ ਰਿਲੀਜ਼ ਕੀਤਾ ਉਹ ਤਾਂ ਆਪ ਦਾ ਸੀ ਔਰ ਆਪ ਦੇ ਸਪੋਕਸਪਰਸਨ ਨੇ। ਮੈਨੂੰ ਤਾਂ ਅੰਦਰਲੀ ਗੱਲ ਦਾ ਪਤਾ ਮੈਂ ਵੀ ਉਸ ਮਹਿਕਮੇ ਦਾ ਵਜ਼ੀਰ ਰਿਹਾ। ਸਾਰੇ ਤੁਹਾਡੇ ਵਰਗੇ ਪੱਤਰਕਾਰ ਭਾਈਚਾਰੇ ਨੂੰ ਫੋਨ ਕਰ ਕਰਕੇ ਕਿਹਾ ਕਿ ਆ ਖਬਰ ਆ ਛਾਪ ਦਿਓ ਅਸੀਂ ਇੰਨੇ ਬੰਦਿਆਂ ਦੀ ਸਿਕਿਉਰਿਟੀ ਵਿਡਰਾ ਕਰ ਜੀ। ਸੁਖਵੀਰ ਬਾਦਲ ਜਿਹੜਾ ਸੰਮਨ ਕੀਤੇ ਕਿਤੇ ਕੁਮਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਸੰਮਨ ਨਹੀਂ ਹੋਣੀ ਚਾਹੀਦੀ ਗ੍ਰਿਫਤਾਰੀ ਸਿੱਧੀ ਹੋਣੀ ਚਾਹੀਦੀ। ਉਹ ਕੋਈ ਚੰਗੇ ਬੰਦੇ ਦਾ ਵੀ ਨਾਂ ਲੈ ਰਿਹਾ ਕਰ ਜੀ ਸਾਹਿਬ। ਅੱਛਾ ਜੀ ਤੁਸੀਂ ਗੱਲ ਕਰਦੇ ਹੋ ਨਾ ਉਹਦੇ ਬਾਰੇ ਆਨਰੇਬਲ ਹਾਈ ਕੋਰਟ ਨੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਨੇ। ਜਿਹੜੇ ਲੋਕ ਆਪਣੀ ਸਿਆਸੀ ਫਾਇਦੇ ਵਾਸਤੇ ਇਨਕੁਆਇਰੀਆਂ ਕਰਦੇ ਨੇ ਉਹਨਾਂ ਨੂੰ ਹਾਈ ਕੋਰਟ ਨੇ ਝਾੜ ਵੀ ਪਾਈ ਆ ਜੁਰਮਾਨੇ ਵੀ ਕੀਤੇ ਆ। ਮੇਰੀ ਬੇਨਤੀ वो तो वैसे भी छड़ा देनी सी हाई कोर्ट ने जिहे जी हरकतां ने ਉਹਦੇ ਬਾਰੇ ਐਕਚੁਅਲੀ ਕੀ ਟਿੱਪਣੀ ਕਰਨਾ। ਨਾਲੇ ਮੇਰੀ ਕੋਈ ਗੱਲ ਨਾ ਬਾਲਾ ਦਿਲ ਤੇ ਲਾ ਜਾਂਦਾ ਹੈ, ਫਿਰ ਐਵੇਂ ਤਰਲੋ ਮੱਛੀ ਹੁੰਦਾ। ਇਹਨੇ ਜਾ ਕੇ ਹੁਣੇ ਇੱਕ ਨੇ ਸਵਾਦ ਲੈਣੇ ਸ਼ੁਰੂ ਕਰ ਦੇਣੇ ਘੰਟੇ ਦੇ ਅੰਦਰ। ਇੱਕ ਪਰਿਵਾਰਕ ਟਿਕਟ ਦਾ ਹੁਣ ਫੈਸਲਾ ਕੀਤਾ ਗਿਆ ਪਾਰਟੀ ਵੱਲੋਂ। ਮਿਸੀ ਮਿਸਟਰ ਜੀਠੀਆ ਚੋਗਲੀ ਚੋਣ ਕੌਣ ਲੜੂਗਾ ਜੀ? ਹਾਂਜੀ, ਇੱਕ ਪਰਿਵਾਰਕ ਟਿਕਟ ਜਦੋਂ ਚੋਣ ਆਊਗੀ ਤੇ ਹੁਣ ਤਾਂ ਮਿਸ ਮਜੀਠੀਆ ਹੀ ਅੱਗੇ। ਆਪਾਂ ਤਾਂ ਕੱਲਾ ਭਾਈ ਨਹੀਂ ਕਿਉਂਕਿ ਦੋਵਾਂ ਝਾੜੂ ਬਰਦਾਸ਼ਤ ਟਿੱਪਣੀ ਆ ਤੁਹਾਡੇ ਨਾਲ ਹੀ। ਆ ਮਾਈਕ ਫੜ ਲਿਆ ਕਰਾਂ। ਅੱਛਾ ਸਰ, ਇੱਕ ਗੱਲ ਦੱਸੋ, ਚੰਨੀ ਦੇ ਬਾਰੇ ਤੁਸੀਂ ਕਿਹਾ ਸੀ ਮੈਂ ਖੁਲਾਸਾ ਕਰਾਂਗਾ। गीत शुरू कितों होंदा? मैं पहला तो मैं बेनती करूं अपना की ना गुरदास मान जी नूं कि मान साहब माड़े जे गीत दे चार बोल तां सुणाओ जिहड़ा साडे छल्ले दा वो मुड़ के आवे तो मैं दसूंगा। जिस दिन इधर उतरिया अगले दिन वीडियो जारी। चन्नी साहब चले कितने गए हैं ये तो तेनू पता। एक्साइज नूं लेके सुखबीर बादल नूं नहीं बादल साहब एक गवर्नर साहब नूं मिले सी। दिल्ली भी रौला पै रहा। तुसीं की कहना चाहुंदे जिहड़ी एक्साइज दी पॉलिसी है रेवेन्यू ते फिर बहुत वड्डा घपला जी। एक मैं गल दस्सां, जिवें फिल्म दे एक्टर हुंदे ना जिहड़े स्टेट एक्टर ने, जिन्होंने बंदियां ने दिल्ली की पॉलिसी एक्साइज की तैयार की, उन्होंने बंदियां ने पंजाब की पॉलिसी तैयार की। तो जे दिल्ली वो गुनेगार ने तो पंजाब च किवें नहीं? उही एक्टर ने, उही बंदे ने, उही लोग ने जिन्होंने दिल्ली के खजाने नूं हज़ारां करोड़ का चूना लाया। पॉलिसी वापस करनी पई और सीबीआई इंक्वायरी है। तो जे दिल्ली चल रही है तो पंजाब च क्यों नहीं? क्योंकि ये सारे पैसे पंजाब के खजाने तो लुट के ये वरते जाने हिमाचल की इलैक्शन लिए, गुजरात की इलैक्शन लिए। आप दा होर कोई एजेंडा नहीं। पंजाब के लोग नहीं, ये केवल तो केवल आपकी पब्लिसिटी वास्ते, आपके चोन प्रचार वास्ते आपने ये पैसे। गुजरात में मुकम्मल कर्जा माफी का वादा किया जी केजरीवाल साहब ने कल। केजरीवाल साहब को पहला इधर का वायदा तो पूरा कर जान पंजाब वाला। जिन्होंने केजरीवाल साहब ने यह कहा कि जिस दिन आपकी सरकार बनू किसानों की इनकम दुगनी करती जाऊगी, 50% प्रॉफिट मिलेगा। अज तक नहीं हुई। केजरीवाल साहब ने कहा कि साडी सरकार बन तो बाद पंजाब च खुदकुशी नहीं होगी। कोई दिन यह जा नहीं जाता जदों किसान की खुदकुशी नहीं होंगी। 1000 रुपया वायदा किया सीगा, होर बड़े वायदे सन नशा के उत्ते। हर वायदे ते एजुकेशन नहीं होगा, एक भी एजुकेशन नहीं होगा। उदों पैसे दे वादे करदे सी। मैं बाहर तो छौणी जिहड़ी बना छड्डी आ उत्थे पक्के दा की करने सी। उत्थे संगरूर च जिहड़े कच्चे मुलाजम है उन्होंने मार मार डांगा, उन्होंने शरीर भावें पक्का करते, नौकरी नहीं पक्की देंगे। ये हालात बने पे। अच्छा, कलैक्टर रेट बड़े वधा दिते विक्रम जी, तुसीं भी रेवेन्यू मिनिस्टर रहे हो। इन्ने कलैक्टर रेट वधा दिते गए ने, बेतहाशा वृद्धि हो गई है। आम आदमी नूं किसी गाड़ी औखी हो गई। रेट रिविजन जरूर हुंदी है, मगर रिविजन हुंदी है हिसाब किताब दे नाल कि व्हाट इज दी एक्चुअल रेट कितना वधिया। अज लोगों के जिस तरीके के जो हालात बने पे है, मैनू नहीं लगता कि रजिस्ट्री सेल, क्योंकि हर तरीके से सरकार अर्बन डिवेलपमेंट के मामले च प्रॉपर्टी रजिस्ट्रेशन के मामले च इन्ने इन्ने रेट वधाते, इन्ने इन्ना बोझ लोगों से आता। जब अगे महंगाई का मार चल रही, पेट्रोल डीजल की कीमत सेंटर ने घटाती, तो जिहड़ी कहंदी असीं आम आदमी की सरकार है उन्होंने क्यों नहीं घटाई? लोगों की किसी तरीके परवाह नहीं कर रहे, सिवाए तो सिवाए हर रेट में बढ़ाया जा रहा। चाहे वह रजिस्ट्रेशन के पिछे है, चाहे वह प्रॉपर्टी टैक्स के रूप में है, चाहे वह सीधे असीधे तौर पर रेट बढ़ा के लोगों के बोझ पाया जा रहा। लोगों को रिलीफ नहीं दिती। सैंड माइनिंग की गल करते हैं, रेता जी 6,000 तो 7,000 रुपये जा रही है। तो पिछलिया सरकारों के 3,000 तो 4,000 रुपये दी सी। काबिल मिनिस्टर लाया ना इस तरह करता फिरदा, पता नहीं की ओनू होया। ओनू का बाबा इधर का दिल का भी लोगों का ध्यान कर ला। माइनिंग मिनिस्टर जिहड़ा है ध्यान ही नहीं। और हाई कोर्ट ने तो स्पष्ट टिप्पणी करती है। हाई कोर्ट नूं माइनिंग बार्डर ते रोकनी पैगी क्योंकि सिक्योरिटी थ्रेट पैदा हो रहा। इसलिए मैं ऑपोजिशन पार्टी ने की कहना, हाई कोर्ट की ऑनरेबल हाई कोर्ट की टिप्पणी आ गई। वीएपी कल्चर खत्म करने का दावा किया सी। कुलतार सिंह संधू अमृतसर आंदे काफले नूं जगह नहीं मिलती, ट्रक ड्राइवर की कुटमार की जाती है। भगवंत मान साहब दरबार साहब आंदे संगतां नूं रोकिया जांदा है। तुसीं ना सारे सवालों के सवाल मेरे कल्ले तो ना लै जाओ। तुहानूं भी ये गल दा पता है कि किहड़ा कल्चर खत्म होया। शायद केजरीवाल साहब कल्ले ही इंसान ने ਜਿਹੜਾ गवर्नमेंट ऑफ इंडिया ਦੇ ਵੀ Z+ ਪ੍ਰੋਟੈਕਟ ਹੀ ਹੈ ਤੇ ਪੰਜਾਬ ਦੇ ਵੀ Z+ ਪ੍ਰੋਟੈਕਟ ਹੀ ਹੈ। ਕਦੇ ਨਹੀਂ ਹੋਇਆ ਇਸ ਤਰ੍ਹਾਂ ਕਿ ਉਹਨਾਂ ਨੂੰ ਪੰਜਾਬ ਦਾ ਨਾਗਰਿਕ ਵਿਖਾ ਕੇ ਇੱਥੋਂ ਵੀ ਸਿਕਿਉਰਿਟੀ ਦਿੱਤੀ ਗਈ ਹੈ, ਸੈਂਟਰ ਤੋਂ ਵੀ ਲਿੱਤੀ ਗਈ ਹੈ, ਦਿੱਲੀ ਪੁਲਿਸ ਤੋਂ ਵੀ ਦਿੱਤੀ ਗਈ ਹੈ। 3 ਲੇਅਰ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਤੇ ਕਿਤੇ ਕਲਚਰ ਖਤਮ ਹੋ ਗਿਆ। ਦੂਜੀ ਗੱਲ, ਹਰ ਮਿਨਿਸਟਰ ਕੋਲ, ਹਰ MLA ਕੋਲ, ਹਰ ਬੰਦੇ ਕੋਲ ਮੈਨੂੰ ਲੱਗਦਾ ਪਹਿਲਾਂ ਨਾਲੋਂ ਵੱਧ ਗਨਮੈਨ ਨੇ ਜਿੰਨੇ ਪਹਿਲਾਂ ਸਰਕਾਰਾਂ 'ਚ ਸੀ। ਔਰ ਜਦੋਂ ਇੱਥੇ ਨਤਮਸਤਕ ਹੋਣ ਆਉਂਦੇ ਆ, ਤੁਸੀਂ ਆਪ ਹਾਲਾਤ ਵੇਖੇ ਕੀ ਬਣਾਉਂਦੇ। ਇਸ ਲਈ ਮੈਂ ਕਿਸੇ ਦੇ ਕਲਚਰ ਬਾਰੇ ਕੀ ਕਹਿਣਾ, ਉਹ ਆਪ ਦਾ ਕਲਚਰ ਆਪ ਹੀ ਸਹੀ ਕਰ ਲੈਣ ਤੇ ਚੰਗੀ ਗੱਲ ਹੈ। ਪ੍ਰਧਾਨ ਸਾਹਿਬ ਦੇ ਜਿਹੜੇ ਟਰਮ ਹੈ ਦੇ ਦੋਸ਼ ਲੱਗਦੇ ਸੀ, ਕੋਈ ਵੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਬਣ ਸਕਦੇ ਜੀ। ਮੈਂ ਤਾਂ ਕਹਿੰਦਾ ਤੁਹਾਡੀ ਟਰਮ ਵੀ ਕਰਨੀ ਚਾਹੀਦੀ ਜੀ ਪੱਕੀ, ਹੋਰਾਂ ਨੂੰ ਨਵਿਆਂ ਨੂੰ ਮੌਕਾ ਮਿਲਣਾ ਚਾਹੀਦਾ। ਟਰਮ ਤਾਂ ਪੱਕੀ ਕੋ ਮਾੜੀ ਨਹੀਂ ਭਰਾ, ਕਿਉਂਕਿ ਜਿਹੜੇ ਦੋਸ਼ ਲੱਗਦੇ ਇੱਕ ਮੈਂ ਬੇਨਤੀ ਕਰਾਂ ਜੀ, ਦੋਸ਼ ਤਾਂ ਬੜੇ ਲੱਗਦੇ ਆ, ਦੋਸ਼ ਤਾਂ ਹਰ ਤੇ ਲੱਗ ਜਾਂਦੇ। ਇੱਥੇ ਗੱਲ ਦੋਸ਼ਾਂ ਦੀ ਨਹੀਂ, ਇੱਕ ਪਾਰਦਰਸ਼ਕ ਤਰੀਕੇ ਨਾਲ ਇੱਕ ਚੋਣ ਹੁੰਦੀ ਹੈ ਪ੍ਰਧਾਨ ਦੀ। ਠੀਕ ਹੈ, ਪਹਿਲਾਂ ਟਰਮ ਨਹੀਂ ਫਿਕਸ ਸੀ, ਟਰਮ ਫਿਕਸ ਕੀਤਾ ਗਿਆ, ਚੰਗੀ ਗੱਲ ਹੈ, ਮਗਰ ਸਾਰੀ ਇਲੈਕਸ਼ਨ ਪ੍ਰੋਸੈਸ ਬੜੇ ਪਾਰਦਰਸ਼ਨੀ ਤਰੀਕੇ ਨਾਲ ਹੋਈ ਹੈ। ਜਦੋਂ ਹੋਈ ਸੀ ਉਦੋਂ ਦਾ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਇਸ ਲਈ ਇਹ ਗੱਲਾਂ ਰਿਫਾਰਮਸ ਦਾ ਹਿੱਸਾ ਨੇ ਔਰ ਚੰਗੇ ਰਿਫਾਰਮ ਨੇ, ਇਹਦਾ ਅਸੀਂ ਸਵਾਗਤ ਕਰਦੇ ਹਾਂ। ਲੋਕਾਂ ਦੀ ਇਹ ਮੰਗ ਸੀ। ਕਾਂਗਰਸ ਪਾਰਟੀ 'ਚ ਵੀ ਨਵਾਂ ਪ੍ਰਧਾਨ ਚੁਣਿਆ ਜਾ ਰਿਹਾ ਜੀ, 19 ਅਕਤੂਬਰ ਨੂੰ ਉਹਨਾਂ ਕਿਹਾ ਜੀ ਨਵਾਂ ਪ੍ਰਧਾਨ ਦੇਸ਼ ਦਾ ਮਿਲੇਗਾ। ਚਲੋ ਵਧਾਈ ਹੈ ਜੀ, ਦੇਸ਼ ਪਤਾ ਨਹੀਂ ਚਾਹੁੰਦੀ ਹੈ ਨਹੀਂ ਚਾਹੁੰਦੀ, ਮਗਰ ਮਿਲ ਜੂ ਤੇ ਵਧਾਈ। ਭਰਤਭੂਸ਼ਣ ਆਸ਼ੂ ਦੇ ਬਾਰੇ ਕੀ ਕਹਣਾ, ਉਹਦੇ ਤਾਰ ਬਹੁਤ ਦੂਰ ਤੱਕ ਜੁੜ ਰਹੇ ਨੇ, ਕੋਈ ਇੱਕ ਕੈਪਟਨ ਸਾਹਿਬ ਦੇ ਨਜ਼ਦੀਕੀ ਦੇ ਨਾਲ ਵੀ ਉਹਨਾਂ ਦੇ ਤਾਰ ਜੁੜ ਰਹੇ। ਹਲੇ ਤਾਂ ਉਧਰ ਸਿੱਧੂ ਦਾ ਗਵਾਂਢੀ ਆ, ਉਹਦੇ ਨਾਲ ਹੀ ਤਾਰ ਜੁੜ ਗਿਆ। देश दुनिया दियां नवियां ते ताज़ियां तरीन खबरां लई साडे चैनल नूं सबसक्राइब करो, लाइक करो ते बैल आइकन ते क्लिक जरूर करो।